ਨਾਗਰਿਕ ਸੰਸ਼ੋਧਨ ਬਿੱਲ ਜੋ ਕਿ ਸਾਡੀ ਸਰਕਾਰ ਲੈ ਕੇ ਆਈ ਹੈ, ਲੋਕ ਹਿੱਤ ਦਾ ਬਿੱਲ ਹੈ, ਇਹ ਉਹ ਸ਼ਰਨਾਰਥੀਆਂ ਲਈ ਹੈ ਕਿ ਜਿਹੜੇ ਸਮੇਂ ਸਮੇਂ 'ਤੇ ਇਸ ਦੇਸ਼ ਦੀ ਸ਼ਰਨ ਲੈਂਦੇ ਰਹੇ, ਹਿੰਦੂ ਸਿੱਖ ਜੈਨ ਪਾਰਸੀ ਔਰ ਈਸਾਈ, ਇਹ ਉਹ ਕਮਿਊਨਿਟੀ ਸੀਗੀਆਂ। ਕਿਉਂਕਿ ਜਿਸ ਵੇਲੇ ਪਾਰਟੀਸ਼ਨ ਹੋਈ ਸੀ ਉਸ ਵੇਲੇ ਮਾਈਨੋਰਿਟੀਜ਼ ਕਾਫੀ ਪਾਕਿਸਤਾਨ ਵਿੱਚ ਵੀ ਸੀਗੀਆਂ, ਅਫਗਾਨਿਸਤਾਨ ਵਿੱਚ ਵੀ ਸੀ, ਬੰਗਲਾਦੇਸ਼ ਵਿੱਚ ਵੀ ਨੇ, ਔਰ ਉਹ ਮਾਈਨੋਰਿਟੀਜ਼ ਦੇ ਉੱਤੇ ਅੱਤਿਆਚਾਰ ਹੋਇਆ ਕਿਉਂਕਿ ਉਹ ਮੁਸਲਿਮ ਰਾਸ਼ਟਰ ਨੇ, ਇਸਲਾਮਿਕ ਰਿਪਬਲਿਕਸ ਨੇ। ਸੋ ਇਹਨਾਂ ਮਾਈਨੋਰਿਟੀਜ਼ ਨੂੰ ਬਹੁਤ ਤੰਗ ਕੀਤਾ ਗਿਆ, ਇਹਨਾਂ ਦਾ ਕਤਲੇਆਮ ਹੋਇਆ ਗਿਆ ਕੀਤਾ ਗਿਆ, ਇਹਨਾਂ ਦਾ ਧਰਮ ਪਰਿਵਰਤਨ ਕਰਾਇਆ ਗਿਆ, ਇਸੇ ਕਰਕੇ ਔਰ ਕੁਛ ਲੋਕ ਉੱਥੋਂ ਆਪਣੇ ਪਰਿਵਾਰਾਂ ਦੇ ਨਾਲ ਭਾਰਤ ਵਿੱਚ ਸ਼ਰਨ ਲੈਣ ਆ ਗਏ। ਸੋ ਇਹੀ ਕਾਰਨ ਸੀਗਾ ਕਿ ਪਾਕਿਸਤਾਨ ਵਿੱਚ, ਅਫਗਾਨਿਸਤਾਨ ਵਿੱਚ ਔਰ ਬੰਗਲਾਦੇਸ਼ ਦੇ ਵਿੱਚ ਮਾਈਨੋਰਿਟੀਜ਼ ਦੀ ਰੇਸ਼ੋ ਬਹੁਤ ਘਟੀ ਹੈ। ਉਹ ਕਿੱਥੇ ਚਲੇ ਗਏ? ਉਹ ਇਸ ਤਰ੍ਹਾਂ ਹੀ ਹੈ ਕਿ ਉਹਨਾਂ ਦਾ ਕਤਲੇਆਮ ਹੋਇਆ ਜਾਂ ਧਰਮ ਪਰਿਵਰਤਨ ਹੋਇਆ ਜਾਂ ਉਹ ਕਿਸੇ ਹੋਰ ਦੇਸ਼ ਦੀ ਸ਼ਰਨ ਲੈਣ ਚਲੇ ਗਏ। ਜੋ 72 ਸਾਲ ਪੁਰਾਣੀ ਕਾਂਗਰਸ ਦੇ ਸਮੇਂ ਦੀ ਮੰਗ ਸੀ, ਕਾਂਗਰਸ ਲੀਡਰਾਂ ਦੁਆਰਾ ਕਈ ਝੂਠੇ ਵਾਅਦੇ ਕੀਤੀ ਹੋਈ ਮੰਗ ਸੀ ਕਿ ਸ਼ਰਨਾਰਥੀਆਂ ਨੂੰ ਅਸੀਂ ਨਾਗਰਿਕਤਾ ਦੇਵਾਂਗੇ, ਉਹ ਅੱਜ ਸਾਡੀ ਮੋਦੀ ਜੀ ਦੀ ਸਰਕਾਰ ਨੇ ਪੂਰੀ ਕੀਤੀ ਹੈ, ਔਰ ਅਮਿਤ ਸ਼ਾਹ ਜੀ ਨੂੰ ਔਰ ਮੋਦੀ ਜੀ ਨੂੰ ਮੈਂ ਦਿਲੀ ਵਧਾਈ ਦਿਆਂ। ਮੈਂ ਸਮਝਦਾ ਕਿ ਕੈਪਟਨ ਸਾਹਿਬ ਦੇ ਇਸ ਕਦਮ ਦੀ ਨਿੰਦਾ ਕਰਨੀ ਚਾਹੀਦੀ ਹੈ। ਅੱਤਿਆਚਾਰ ਕਰ ਰਹੇ ਨੇ ਉਹ ਲੋਕਾਂ ਦੇ ਉੱਤੇ ਕਿ ਜਿਹੜੇ ਲੋਕ ਵਿਚਾਰੇ ਤੰਗ ਨੇ, ਜਿਹਨਾਂ ਦੇ ਪਰਿਵਾਰ ਤੰਗ ਨੇ, ਜਿਹੜੇ ਵਪਾਰ ਨਹੀਂ ਕਰ ਸਕਦੇ, ਜਿਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ। ਅੱਜ ਸਾਰੇ ਦੇਸ਼ ਦੇ ਵਿੱਚ ਉਹਨਾਂ ਦੀ 72 ਸਾਲ ਪੁਰਾਣੀ ਮੰਗ ਮੰਨੀ ਗਈ, ਪਰ ਕੈਪਟਨ ਸਾਹਿਬ ਸੋਨੀਆ ਗਾਂਧੀ ਔਰ ਰਾਹੁਲ ਦੇ ਇਸ਼ਾਰੇ ਦੇ ਉੱਤੇ ਅੱਜ ਉਹਨਾਂ 'ਤੇ ਅੱਤਿਆਚਾਰ ਕਰ ਰਹੇ ਨੇ। ਕੈਪਟਨ ਸਾਹਿਬ ਨੂੰ ਮੈਂ ਸਲਾਹ ਦਿਆਂਗਾ, ਮੁੱਖ ਮੰਤਰੀ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ, ਆਪਾਂ ਜਿਹੜਾ ਦਲ ਹੁੰਦਾ ਉਹਦੇ ਤੋਂ ਉੱਪਰ, ਉਹ ਮੁੱਖ ਮੰਤਰੀ ਦੇ ਦਾਇਤਵ ਹੁੰਦਾ, ਮੁੱਖ ਮੰਤਰੀ ਸਭ ਦਾ ਹੁੰਦਾ, ਕੈਪਟਨ ਸਾਹਿਬ ਨੂੰ ਇਹ ਤੁਰੰਤ ਲਾਗੂ ਕਰਨਾ। ਇਹ ਲੋਕਤੰਤਰ ਦੇ ਵਿੱਚ ਵਾਅਦਾ ਖਿਲਾਫੀ ਹੈ ਕਿ ਅੱਜ ਜਿਹੜੀ ਬਿਜਲੀ ਕਿਹਾ ਸੀ 5 ਰੁਪਏ ਯੂਨਿਟ ਕਰਾਂਗੇ, ਅੱਜ ਲਗਭਗ 25% ਵਧਾ ਦਿੱਤੀ ਆ, ਔਰ ਆਮ ਆਦਮੀ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ। ਆਲ ਟੁਗੈਦਰ ਇਹ ਡਿਫਰੈਂਟ ਲਾਜ਼ ਨੇ, ਡਿਫਰੈਂਟ ਇਹਨਾਂ ਦੀ ਲੌਜਿਕ ਹੈ। ਇਹ ਐਨ ਪੀ ਆਰ ਜਿਹੜਾ ਹਰ 10 ਸਾਲ ਬਾਅਦ ਹੁੰਦਾ ਹੈ, ਕਿਉਂਕਿ ਸਰਕਾਰ ਨੇ ਜੋ ਡਿਵੈਲਪਮੈਂਟ ਕਰਨੀ ਹੁੰਦੀ ਹੈ ਉਹਨੂੰ ਡਾਟਾ ਚਾਹੀਦਾ ਹੁੰਦਾ, ਕਿਹੜੀ ਜਾਤੀ, ਕਿੰਨੇ ਲੋਕ, ਅੱਜ ਅਸੀਂ ਆਵਾਸ ਯੋਜਨਾ ਦੇ ਰਹੇ ਹਾਂ, ਅੱਜ ਅਸੀਂ ਗੈਸ ਯੋਜਨਾ ਦੇ ਰਹੇ ਹਾਂ, ਇਹ ਯੋਜਨਾਵਾਂ ਦਾ ਡਾਟਾ ਕਿੱਥੋਂ ਮਿਲੇਗਾ? 2011 ਹੀ ਸੈਂਸਸ ਹੋਇਆ ਸੀ, ਪਰ ਮਨਮੋਹਨ ਸਿੰਘ ਸਰਕਾਰ ਨੇ 2009 ਦੇ ਵਿੱਚ ਉਹ ਸੈਂਸਸ ਦੇ ਲਈ ਪਾਸ ਕੀਤਾ ਸੀ, ਔਰ 2011 'ਚ ਹੋਇਆ ਸੀ, ਕੀ ਵੱਖਰਾ ਕਰ ਰਹੇ ਹਾਂ ਅਸੀਂ? ਅੱਜ ਦੁਬਾਰਾ 2011 ਤੋਂ 10 ਸਾਲ ਬਾਅਦ ਅਸੀਂ ਉਹੀ ਸੈਂਸਸ ਕਰਵਾਉਣ ਦਾ ਪ੍ਰਯਾਸ ਕਰ ਰਹੇ ਹਾਂ, ਥੋੜ੍ਹਾ ਡਿਟੇਲ ਕਰ ਰਹੇ ਹਾਂ, ਤਾਂ ਕਿ ਇਹ ਇਲੈਕਟ੍ਰੋਨਿਕਸ ਇਹਦੇ 'ਚ ਲੌਜਿਕ ਲੈ ਕੇ ਆਏ ਹਾਂ, ਤਾਂ ਕਿ ਡਾਟਾ ਕਲੈਕਸ਼ਨ ਬੈਟਰ ਹੋ ਸਕੇ, ਤਾਂ ਕਿ ਅਗਲੇ ਸਾਲ 10 ਸਾਲ ਦੇ ਵਿੱਚ ਲੋਕਾਂ ਨੂੰ ਬੈਟਰ ਡਿਵੈਲਪਮੈਂਟ ਮਿਲ ਸਕੇ। ਇੱਕ ਮਲਿਕ ਸਾਹਿਬ ਦੇ ਲਈ ਪ੍ਰਦਰਸ਼ਨ ਹੋ ਰਹੇ ਨੇ, ਤੁਸੀਂ ਹੁਣ ਇਹ ਕਿਹਾ ਕਿ ਕਾਂਗਰਸ ਜ਼ਿੰਮੇਦਾਰ ਹੈ, ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਕਾਂਗਰਸ ਕਿਉਂ ਜ਼ਿੰਮੇਦਾਰ ਹੈ? ਕਾਂਗਰਸ ਫਰਸਟ੍ਰੇਟਿਡ ਹੈ, ਕਾਂਗਰਸ ਹਰ ਜਗ੍ਹਾ ਅੱਜ ਰਿਜੈਕਟਿਡ ਔਰ ਡਿਜੈਕਟਿਡ ਹੈ। ਉਹਦਾ ਕਾਰਨ ਹੈ ਕਿ ਉਹ ਹਮੇਸ਼ਾ, ਕਾਂਗਰਸ ਦੀ ਆਈਡੀਓਲੋਜੀ ਜਿਹੜੀ ਹੈ ਉਹ ਜਾਤੀ ਅਤੇ ਧਰਮ ਦੇ ਆਧਾਰ 'ਤੇ ਹਮੇਸ਼ਾ ਵੰਡ ਕੇ ਰੋਟੀਆਂ ਸੇਕਦੇ ਨੇ ਲਾਸ਼ਾਂ ਦੇ ਉੱਤੇ, ਇਹ ਕਾਂਗਰਸ ਦੀ ਪੁਰਾਣੀ ਆਈਡੀਓਲੋਜੀ ਹੈ। ਮੈਂ ਸਮਝਦਾ ਕਿ ਉਹ ਗਲਤ ਸੀਗਾ,
ਜਿਹੜਾ ਮੀਡੀਆ ਹੈ, ਜਿਹੜਾ ਪ੍ਰੈਸ ਹੈ, ਲੋਕਤੰਤਰ ਦਾ ਚੌਥਾ ਸਤੰਭ ਹੈ ਔਰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਤੂੰ ਪੱਤਰਕਾਰ ਆਪਣਾ ਫਰਜ਼ ਅਦਾ ਕਰ ਰਿਹਾ ਸੀ, ਮੈਂ ਵੀ ਅੱਜ ਤੁਹਾਡੇ ਨਾਲ ਬੈਠਾ, ਸਾਡੀ ਜਵਾਬਦੇਹੀ ਬਣਦੀ ਹੈ ਰੂਲਿੰਗ ਪਾਰਟੀ ਦੀ ਵੀ ਔਰ ਓਪੋਜੀਸ਼ਨ ਦੀ ਵੀ ਪ੍ਰੈਸ ਦੇ ਪ੍ਰਤੀ, ਤਾਂ ਕਿ ਪ੍ਰੈਸ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰ ਸਕੇ। ਜੋ ਭਗਵੰਤ ਮਾਨ ਜੀ ਨੇ ਕੀਤਾ ਮੈਂ ਸਮਝਣਾ ਉਹ ਬਿਲਕੁਲ ਠੀਕ ਨਹੀਂ ਹੈ। ਉਹ ਕਿਹੜੀ ਮਾਨਸਿਕ ਅਵਸਥਾ ਹੀ ਸੀਗੇ ਉਸ ਵੇਲੇ, ਮੈਂ ਇਹਦੇ ਬਾਰੇ ਟਿੱਪਣੀ ਨਹੀਂ ਕਰ ਸਕਦਾ। ਇਸ ਚੈਨਲ ਪਰ ਚੱਲ ਰਹੇ ਮੁੱਦੋਂ ਪਰ ਆਪਣੇ ਵਿਚਾਰ ਦੇਣੇ ਕੇ ਲਿਏ ਕਮੈਂਟ ਕਰੇ ਔਰ ਅਪਡੇਟ ਰਹਿਣੇ ਕੇ ਲਿਏ ਚੈਨਲ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ ਔਰ ਹਾਂ, ਬੈਲ ਆਈਕਨ ਦਬਾਨਾ ਨਾ ਭੁੱਲੇਂ।